ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦਾ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਅਸੀਂ ਜਿਵੇਂ ਹੁਣ ਟਰੈਵਲਿੰਗ ਤੇ ਜਾਣਾ ਵਾ ਤੇ ਆਪਾਂ ਤਿਆਰੀਆਂ ਕਰ ਰਹੇ ਹਾਂ ਆਪਣੇ ਖਾਣ ਪੀਣ ਦੀਆਂ, ਮਤਲਬ ਸਾਰਾ ਕੁਛ ਆਪਣਾ। ਤੇ ਅਸੀਂ ਕੋਈ ਗੱਲ ਨਹੀਂ, ਆਪਾਂ ਦੇ ਰਸਤੇ 'ਚ ਜਿੱਥੇ ਵੀ ਢਾਬੇ ਤੋਂ ਕੁਛ ਖਾਣ ਨੂੰ ਮਿਲਿਆ ਖਾ ਲਾਂਗੇ। ਮੇਨਲੀ ਇਬਾਦਤ ਵਾਸਤੇ, ਇਬਾਦਤ ਦਾ ਜਿਹੜਾ ਫੂਡ ਆ ਮੈਂ ਉਹ ਪਹਿਲਾਂ ਹੀ ਸਾਰਾ ਰੈਡੀ ਕਰ ਰਹੀ ਹਾਂ, ਕਿਉਂਕਿ ਜੋ ਵੀ ਮੈਂ ਇਬਾਦਤ ਨੂੰ ਘਰੇ ਫੂਡ ਦਿੰਦੀ ਹਾਂ, ਜੋ ਵੀ ਮਤਲਬ ਸਵੇਰੇ ਦੁਪਹਿਰ ਸ਼ਾਮ ਨੂੰ, ਉਹ ਸਾਰੇ ਫੂਡ ਨੂੰ ਹੁਣ ਮੈਂ ਕਿਵੇਂ ਮਤਲਬ ਲੈ ਕੇ ਜਾਊਂਗੀ, ਕਿਹੜੇ ਫੋਰਮ ਦੇ ਵਿੱਚ ਬਣਾ ਕੇ ਲੈ ਕੇ ਜਾਊਂਗੀ। ਜੋ ਵੀ ਆ ਦਾਲ ਚੌਲ, ਮਤਲਬ ਦੋ ਤਰ੍ਹਾਂ ਦੀ ਦਾਲਾਂ ਦੇ ਵਿੱਚ ਰਾਈਸ ਨੇ, ਹੈਨਾ, ਤੇ ਬਾਅਦ ਨੂੰ ਖਿਚੜੀ ਬਣਾ ਕੇ ਦਿੰਦੀ ਹਾਂ। ਤੇ ਇਹ ਮੈਂ ਪਹਿਲਾਂ ਭਿਓ ਕੇ ਰੱਖਿਆ ਸੀ 3-4 ਘੰਟੇ, ਤੇ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਪਾਣੀ ਚੋਂ ਕੱਢ ਕੇ ਥੋੜ੍ਹਾ ਜਿਹਾ ਸੁਕਾ ਲਿਆ ਪੱਖੇ ਥੱਲੇ ਮਲਮਲ ਦੇ ਕੱਪੜੇ ਦੇ ਉੱਤੇ ਰੱਖ ਕੇ। ਹੁਣ ਸੁਕਾਉਣ ਤੋਂ ਬਾਅਦ ਹੁਣ ਇਹਨੂੰ ਮੈਂ ਥੋੜ੍ਹਾ ਡਰਾਈ ਰੋਸਟ ਕਰ ਰਹੀ ਹਾਂ। ਡਰਾਈ ਰੋਸਟ ਹੋ ਗਿਆ, ਬਸ ਇਹਨੂੰ ਹੁਣ ਮੈਂ ਉਹ ਕਰਨਾ ਇਹਦਾ ਪਾਊਡਰ ਬਣਾ ਲੈਣਾ ਵਾ। ਤੇ ਇਧਰ ਬਾਅਦ ਦਾ ਰਾਤ ਦਾ ਖਾਣਾ ਤਿਆਰ ਕਰਨੀ ਆ, ਸੂਜੀ ਦਾ ਹਲਵਾ। ਇਹਦਾ ਸੂਜੀ ਦਾ ਹਲਵਾ ਹੁਣ ਜਿਹੜੇ ਖਾਓਗੀ, ਕਿਉਂਕਿ ਇਹਦਾ ਟਾਈਮ ਹੋ ਗਿਆ ਹੁਣ ਖਾਣ ਪੀਣ ਦਾ। ਤੇ ਮੈਨੂੰ ਇਹ ਦੱਸੋ, ਇਹ ਇਹਨੂੰ ਇਦਾਂ ਕਿਉਂ ਲੈ ਕੇ ਜਾ ਰਹੇ ਹੋ ਤੁਸੀਂ ਭੁੰਨ ਕੇ? ਕਿਉਂਕਿ ਫਿਰ ਖਿਚੜੀ ਬਣਾਉਣ ਨੂੰ ਟਾਈਮ ਲੱਗਦਾ ਵਾ, ਹਨਾ। ਇਦਾਂ ਇਹ ਆ ਕਿ ਮੈਂ ਇੱਕ ਪਾਣੀ ਗਰਮ ਕੀਤਾ, ਉਹਦੇ ਵਿੱਚ 2 ਸਕੂਪ ਪਾਤੇ, ਜੋ ਵੀ ਮੈਂ ਮਤਲਬ ਇਹਨੂੰ ਪਾਊਡਰ ਬਣਾ ਲੈਣਾ ਤੁਸੀਂ। ਹਾਂ, ਸਾਰਾ ਸਮਾਨ ਮੈਂ ਪਾਊਡਰ ਬਣਾਉਣਾ ਵਾ। ਜੇ ਪੋਹੇ ਦਾ ਵੀ ਪਾਊਡਰ ਬਣਾ ਕੇ ਲੈ ਕੇ ਜਾਣਾ, ਜਿਵੇਂ ਓਟਸ ਨੇ ਤੇ ਜਾਂ ਦਲੀਆ ਵਾ, ਉਹ ਵੀ ਪਾਊਡਰ ਬਣਾ ਕੇ ਲੈਣਾ। ਫਰੂਟਸ ਐਡ ਕਰਨ ਵਾਸਤੇ ਬਾਹਰੋਂ ਕੋਈ ਵੀ ਫਰੂਟ ਹੋਇਆ ਉਹ ਵੀ ਐਡ ਕਰ ਲਿਆ ਕਰਾਂਗੇ, ਠੀਕ ਹੈ? ਮਤਲਬ ਅਬ ਤੁਸੀਂ ਪਾਊਡਰ ਬਣਾ ਲੈਣੇ ਦੇ ਸਾਰੇ ਸਮਾਨ ਦਾ ਭੁੰਨ ਭੁੰਨ ਕੇ, ਤੇ ਬਸ 2 ਚਮਚ ਪਾਏ ਪਾਣੀ ਦੇ ਵਿੱਚ, ਜਿਵੇਂ ਜਿੰਨਾ ਕੁ ਵੀ ਸਿਸਟਮ ਬਣਦਾ ਇਹਦਾ, ਤੇ ਉਹ ਨਾਲ ਦੀ ਨਾਲ ਜਿਹੜੀ ਖਾਂਦੀ ਹੈ ਉਹਦੇ ਅਕੋਰਡਿੰਗ ਮੈਂ ਪਾ ਲਿਆ ਕਰੂੰਗੀ। ਹੱਸਦੀ ਮੇਰੇ ਵੱਲ ਵੇਖ ਕੇ, ਗਰਮੀ ਬੜੀ ਲੱਗਦੀ ਹੈ ਕਿਉਂਕਿ ਹੁਣ ਟਾਈਮ ਥੋੜਾ, ਇਸ ਕਰਕੇ ਮੈਨੂੰ ਪਹਿਲਾਂ ਸਾਰਾ ਸਮਾਨ ਆਪਾਂ ਰੈਡੀ ਕਰ ਲੈਣਾ। ਆਪਣੀ ਕੋਈ ਟੈਨਸ਼ਨ ਨਹੀਂ, ਆਪਣੇ ਕੱਪੜੇ ਵੀ ਪੈਕ ਆ, ਸਾਰਾ ਕੁਝ ਪੈਕ ਆ, ਪਰ ਇਬਾਦਤ ਦੀ ਜਿਹੜੀ ਆ ਫਰੂਟਸ ਦਿੰਨੀ ਆ, ਦਲੀਆ ਦਿੰਨੀ ਆ, ਸੂਜੀ ਦੀ ਖੀਰ ਦਿੰਨੀ ਆ, ਜਾਂ ਰਾਗੀ ਦਾ ਜਿਹੜਾ ਬਣਾਉਂਦੇ ਆ ਖੀਰ, ਉਹ ਵੀ ਦੇ ਸਕਦੇ ਤੁਸੀਂ, ਪਰ ਮੈਂ ਅਜੇ ਟਰਾਈ ਨਹੀਂ ਕੀਤਾ, ਪਰ ਮੈਂ ਟਰਾਈ ਕਰਨਾ ਵਾ। ਤੇ ਬਾਕੀ ਜਿਹੜੇ ਆ ਖਿਚੜੀ ਬਣਾ ਕੇ ਦਿੰਨੀ ਆ, ਵੈਜਿਸ ਪਾ ਕੇ ਇਹਨੂੰ, ਜਿਵੇਂ ਬਰੋਕਲੀ ਜੇ ਮੈਂ ਐਡ ਨਹੀਂ ਕੀਤੀ, ਜਿਵੇਂ ਬੀਟਰੂਟ ਦੇ ਦੇਣੀ, ਗਾਜਰ, ਮਟਰ, ਇਹ ਸਾਰੀ ਚੀਜ਼ਾਂ ਪਾ ਕੇ ਦੇ ਦੇਣੀ ਇਹਨੂੰ। ਤੇ ਜੇ ਬਾਹਰੋਂ ਆਪਾਂ ਨੂੰ ਵੈਜਿਸ ਮਿਲਿਆ ਕਰਨਗੇ ਤਾਂ ਵੈਜਿਸ ਲੈ ਕੇ ਵਿੱਚ ਪਾ ਲਿਆ ਕਰਾਂਗੇ, ਨਹੀਂ ਤਾਂ ਫਿਰ ਇੱਦਾਂ ਖਾ ਲਿਆ ਕਰੂਗੀ। ਫਰੂਟਸ ਆਪ ਐਡ ਕਰਦਾ ਕਹਿੰਦਾ, ਜਿਹੜੇ ਓਟਸ ਓਟਸ ਹੁੰਦੇ ਨੇ। ਮੈਂ ਹਵਾ ਲੈਣ ਵਾਸਤੇ ਆ ਗਈ ਹਾਂ, ਹਵਾ ਲੈ ਲਓ, ਮੈਂ ਬਾਦਲ ਨੂੰ ਲੈ ਕੇ ਅੰਦਰ ਆ ਗਿਆ। ਤੇ ਮੇਰਾ ਤਾਂ ਆਲਮੋਸਟ ਸਾਰੇ ਕੱਪੜੇ ਡਨ ਹੋ ਗਏ ਨੇ, ਪੈਕ ਹੋ ਗਏ ਨੇ, ਬਸ ਅਸੀਂ ਜਿਹੜਾ ਗੈਸ ਸਟੋਵ ਮੰਗਾਇਆ ਹੋਇਆ ਬੁਟੇਨ ਗੈਸ ਵਾਲਾ, ਉਹ ਕੱਲ ਤੱਕ ਪਹੁੰਚ ਜਾਊਗਾ। ਤੇ ਐਮਾਜ਼ਨ ਤੋਂ ਮੰਗਾਇਆ, ਛੱਡ ਦੋ, ਉਹ ਕੱਲ ਤੱਕ ਪਹੁੰਚ ਜਾਊਗਾ। ਤੇ ਹੁਣ ਟੈਸਟ ਵੀ ਕਰਾਂਗੇ ਪਹਿਲਾਂ, ਹਨਾ, ਐਵੇਂ ਨਹੀਂ ਵੀ ਸਿੱਧਾ ਹੀ ਲੈ ਜਾਈਏ, ਟੈਸਟ ਕਰਕੇ ਲੈ ਕੇ ਜਾਵਾਂਗੇ। ਬਾਕੀ ਸਾਡੀ ਗੱਡੀ ਸੇਲ ਹੋ ਗਈ, I-20 ਅੱਜ ਸਾਨੂੰ ਛੱਡ ਕੇ ਚਲੀ ਗਈ। ਸਿੱਪੀ ਨੇ ਬੜੀ ਦਿਲ ਤੇ ਲਾ ਲਈ ਗੱਲ, ਮਤਲਬ ਉਸ ਟਾਈਮ ਲੱਗ ਰਿਹਾ ਸਿੱਪੀ ਨੂੰ ਬੜਾ, ਮਤਲਬ ਕਿ ਦੁੱਖ ਨਹੀਂ ਕਹਿ ਸਕਦੀ, ਜਜ਼ਬਾਤ ਜਜ਼ਬਾਤ, ਕਿਉਂਕਿ ਆਪਣੀ ਗੱਡੀ ਹੁੰਦੀ ਨਾ, ਉਹ ਵੀ ਆਪਣੇ ਇੱਕ ਪਰਿਵਾਰ ਦਾ ਹਿੱਸਾ ਹੁੰਦੀ ਹੈ, ਕਿਉਂਕਿ ਜਿੱਥੇ ਆਪਾਂ ਲੈ ਕੇ ਜਾਂਦੀ ਹੈ ਹਨਾ ਹਰ ਥਾਂ ਤੇ। ਉਸ ਗੱਡੀ ਨੇ ਬਹੁਤ ਭਾਗਾਂ ਵਾਲੀ ਕਰਮ ਵਾਲੀ ਗੱਡੀ ਸੀ, ਕਿਉਂਕਿ ਹਨਾ ਅੱਜ ਇੱਕ ਵੀਰ ਭਰਾ ਹੁਣੀ ਆਏ ਸਨ ਤੇ ਆਪਾਂ ਗੱਡੀ ਵੇਚਤੀ, ਗੱਡੀ ਤੋਰੀ, ਮੈਨੂੰ ਥੋੜਾ ਜਿਹਾ ਦੁੱਖ ਲੱਗ ਰਿਹਾ ਸੀ, ਆਹ ਮੈਂ ਝਲਕੀ ਪਾ ਦੇਣਾ। ਲਓ ਜੀ, ਆਪਾਂ ਗੱਡੀ ਕਰ ਦਿੱਤੀ ਸੇਲ ਤੇ ਬਾਈਕ ਨੇ ਲੈ ਕੇ ਚੱਲੇ ਨੇ, ਪਰਮਾਤਮਾ ਭਲਾ ਕਰੇ ਭਾਅ ਜੀ ਤੁਹਾਡਾ, ਜਿਵੇਂ ਸਾਨੂੰ ਸੁੱਖ ਦਿੱਤਾ ਸੀ ਗੱਡੀ ਨੇ ਤੁਹਾਨੂੰ ਵੀ ਮਿਲੇ। ਜਾ ਨੀ ਭੈਣੇ, ਬੜਾ ਸਾਥ ਦਿੱਤਾ ਤੂੰ ਵੀ,
ਆਹ ਤੁਸੀਂ ਜਦੋਂ ਦੇਖਿਆ ਵੀ ਇਹ ਗੱਡੀ ਗਈ ਹਨਾ, ਤੇ ਚਲੋ ਉੱਪਰ ਆ ਕੇ ਮੈਂ ਕਿਰਨ ਨੂੰ ਦੱਸਿਆ ਵੀ ਚਲੀ ਗਈ ਗੱਡੀ। ਹਾਂਜੀ ਤੁਸੀਂ ਵੀ ਰੋ ਰਹੇ ਹੋ, ਤੁਹਾਨੂੰ ਵੀ ਭੁੱਖ ਹੀ ਲੱਗ ਗਈ ਏ, ਤੁਹਾਨੂੰ ਗੱਡੀ ਦਾ ਦੁੱਖ ਨਹੀਂ ਲੱਗ ਰਿਹਾ ਹੈ? ਨਹੀਂ ਲੱਗ ਰਿਹਾ, ਨਹੀਂ ਲੱਗ ਰਿਹਾ, ਲੱਗ ਰਿਹਾ। ਪਹਿਲਾਂ ਮੈਨੂੰ ਲੱਗਿਆ ਕਿ ਮੈਂ ਨਾ ਵੀ ਕਲਾਸਾਂ ਨਹੀਂ ਦਿੰਦਾ, ਮੇਰੀ ਕਲਾਸਾਂ ਵੀ ਇਸ ਅੱਜ ਮੇਰਾ ਮਨ ਜਿਹਾ ਥੋੜ੍ਹਾ ਜਿਹਾ ਹੋ ਜਾਂਦਾ ਯਾਰ ਗੱਡੀ ਕਰਕੇ ਵੀ ਆਪਾਂ ਚਲਾਈ। ਚਲੋ ਉਹ ਨਾਲ ਹੀ ਫਿਰ ਆਪਣੀ ਬਲੈਕ ਕਲਰ ਵਾਲੀ ਖੜੀ ਸੀ, ਉਹਨੂੰ ਦੇਖ ਕੇ ਹੌਸਲਾ ਜਿਹਾ ਹੋ ਗਿਆ ਵੀ ਚੱਲ ਇਹਦੇ ਬਦਲੇ ਉਹ ਆ ਗਈ ਹਨਾ, ਅਪਗ੍ਰੇਡ ਹੋ ਗਈ। ਦੋ ਕੁ ਦਿਨ ਦੀ ਗੱਲ ਹੁੰਦੀ, ਫਿਰ ਪਹਿਲਾਂ ਰੋਟੀ ਖਵਾ ਰਹੀ ਇਹਨੂੰ, ਫਿਰ ਇਹ ਨਹੀਂ ਗੱਲ ਨਹੀਂ ਕਰਨ ਦੇਣੀ। ਲਓ ਜੀ ਸਾਡੀ ਮੈਡਮ ਬਹਿ ਗਈ ਜੀ ਕੁਰਸੀ 'ਤੇ ਛੋਟੀ ਜਿਹੀ 'ਤੇ, ਆਪਣੇ ਕੋਲ ਟੋਇਸ ਲੈ ਕੇ ਅਤੇ ਨਾਲ ਖਾਓਗੀ ਆਪਣਾ ਸੂਜੀ ਦਾ ਹਲਵਾ। ਸੂਜੀ ਦਾ ਹੀ ਹੈ ਨਾ, ਖਾਓ ਜੀ ਮੈਡਮ। ਓਏ ਆਪਣੇ ਆਪ ਮੂੰਹ ਖੋਲਿਆ, ਇਹਨੂੰ ਪਤਾ ਮੈਂ ਖਾਣੇ। ਇਹਨਾਂ ਨੂੰ ਸਮਝਣ ਲੱਗ ਗਈ ਹੈ ਵੀ ਮੈਨੂੰ ਰੋਟੀ ਮਿਲਦੀ ਹੈ ਇੱਦਾਂ। ਹੁਣ ਥੋੜ੍ਹਾ ਜਿਹਾ ਮੈਂ ਮਤਲਬ ਇਹਦਾ ਜਿਵੇਂ ਪਹਿਲਾਂ ਜ਼ਿਆਦਾ ਪਤਲਾ ਬਣਾਉਂਦੀ ਹੁੰਦੀ ਸੀ ਨਾ, ਹੁਣ ਥੋੜ੍ਹਾ ਜਿਹਾ ਸੋਲਿਡ ਕਰਨਾ ਸ਼ੁਰੂ ਕੀਤਾ, ਥਿਕ ਕਰਨਾ ਸੀ ਮਤਲਬ ਚਬਾਉਣ ਨੂੰ ਲੱਗ ਗਈ ਹੈ ਥੋੜ੍ਹਾ ਜਿਹਾ ਹਨਾ, ਖਾਣ ਲੱਗ ਗਈ ਹੈ, ਨਾਲੇ ਇਹਨੂੰ ਪਤਾ ਲੱਗੂਗਾ ਥੋੜ੍ਹਾ ਜਿਹਾ। ਐਫਰਟ ਕਰਨਾ ਪਏਗਾ ਨਾ ਇਹਨੂੰ ਚਬਾਉਣ ਲਈ। ਇਹ ਸੱਚ ਸੱਚ ਦੱਸਾਂ ਜਿਹੜੀ ਆਹ ਕੁਰਸੀ ਹੈ ਨਾ, ਇਹ ਕੁਰਸੀ ਬਹੁਤ ਬੈਨੀਫਿਟ ਵਾਲੀ ਹੈ। ਸਹੀ ਗੱਲ ਹੈ, ਕਿਉਂਕਿ ਬੱਚਾ ਨਾ ਆਪਣੀ ਪੋਜੀਸ਼ਨ 'ਚ ਬੈਠ ਜਾਂਦਾ, ਉਦਾਂ ਫਿਰ ਜੇ ਬੈੱਡ 'ਤੇ ਬਿਠਾਈਏ ਇੱਦਾਂ ਕਰਕੇ ਬਹਿ ਜਾਂਦਾ, ਹਿੱਲਦਾ ਬੁੜਾ ਵਾ, ਹਿੱਲਦੀ ਦਿੱਤੀ, ਬਟ ਇਹ ਕਿ ਇਹਦੇ ਨਾਲ ਅੱਗੇ ਆਹ ਸਪੋਰਟ ਮਿਲਦੀ ਹੈ, ਬਿਲਕੁਲ ਥੋੜ੍ਹੀ ਥਾਂ ਥਾਂ ਹੁੰਦੀ ਹੈ ਉਹਦੇ ਵਿੱਚ ਬੈਠੀ ਰਹਿੰਦੀ ਹੈ। ਹਾਂ ਬਈ, ਇਹ ਜੀ ਖਵਾਉਣਾ ਬਹੁਤ ਸੌਖਾ ਹੈ ਇਹਦੇ 'ਚ। ਚਲੋ ਖਾਓ ਖਾਓ ਮੇਰੇ ਪੁੱਤ, ਖਾਓ। ਅਤੇ ਆਪਣੀ ਗੱਡੀ ਕਿੰਨੇ ਦੀ ਵਿਕੀ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ, ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਪ੍ਰਾਈਵੇਸੀ ਹੁੰਦੀ ਹੈ। ਮੇਰੀ ਤਾਂ ਚਲੋ ਕੀ ਹੈ, ਉਹ ਜਿਹੜੇ ਲੈ ਕੇ ਗਏ ਨੇ ਬਾਈ ਉਹਨਾਂ ਦੀ ਵੀ ਹੋਏਗੀ ਹੈ ਨਾ, ਸੋ ਉਹਦੇ ਬਾਰੇ ਆਪਾਂ ਡਿਸਕਸ਼ਨ ਨਹੀਂ ਕਰਦੇ। ਅਤੇ ਗੱਡੀ ਆਪਾਂ ਵੇਚ ਦਿੱਤੀ ਆ, ਅਤੇ ਚਲੋ ਹੁਣ ਰਹੀ ਗੱਲ, ਹੁਣ ਆਪਣੇ 2-3 ਦਿਨ ਹੈਗੇ ਨੇ ਆਪਾਂ ਉਹਦੇ 'ਚ ਤਿਆਰੀਆਂ ਕਰਨੀਆਂ ਨੇ, ਕਿਉਂਕਿ ਗੱਡੀ ਵੇਚਣ ਦੀ ਮੈਨੂੰ ਕਾਹਲੀ ਤਾਂ ਪੈ ਰਹੀ ਸੀ ਕਿਉਂਕਿ ਹੁਣ ਆਪਾਂ ਜਾਣਾ 15-16 ਦਿਨਾਂ ਲਈ ਤਾਂ ਆਪਾਂ ਹੋਵਾਂਗੇ ਨਹੀਂ ਇੱਥੇ ਹੈ ਨਾ, ਅਤੇ ਹੋ ਸਕਦਾ ਜ਼ਿਆਦਾ ਦਿਨ ਵੀ ਲੱਗ ਜਾਣ, ਅਤੇ 15-16 ਦਿਨ ਤਾਂ ਸਾਡੇ ਮਿੱਥੇ ਹੋਏ ਨੇ, ਲੇਕਿਨ ਉਸ ਤੋਂ ਜ਼ਿਆਦਾ ਕਿੰਨੇ ਕੁ ਲੱਗਦੇ ਨੇ ਸਾਨੂੰ ਉਹਦੇ ਬਾਰੇ ਪਤਾ ਨਹੀਂ। ਅਸੀਂ ਕੱਪੜੇ ਵੀ ਥੋੜ੍ਹੇ ਐਕਸਟਰਾ ਹੀ ਲੈ ਕੇ ਚੱਲੇ ਹਾਂ, ਅਤੇ ਮੇਨਲੀ ਤਾਂ ਲੋਅਰਾਂ ਟੀ ਸ਼ਰਟਾਂ ਹੀ ਚੱਕੀਆਂ ਨੇ ਮੈਂ। ਸਹੀ ਦੱਸਾਂ ਮੈਂ ਜ਼ਿਆਦਾ ਲੋਅਰਾਂ ਟੀ ਸ਼ਰਟਾਂ, ਕਿਉਂਕਿ ਡਰਾਈਵ ਕਰਨੀ, ਡਰਾਈਵ ਹੀ ਸਾਡੀ ਮੇਨ ਰਹਿਣੀ ਹੈ, ਅਤੇ ਉਹਦੇ ਅਕੋਰਡਿੰਗ ਫਿਰ ਆਪਾਂ ਆਪਣੀ ਤਿਆਰੀ ਕੀਤੀ ਹੈ। ਟੂਰ ਦੋਸਤੋ ਇਕੱਲਾ ਇਕੱਲਾ ਵਲੋਗ ਦੇਖਿਓ, ਤੁਹਾਨੂੰ ਬਹੁਤ ਮਜ਼ਾ ਆਏਗਾ, ਬਹੁਤ ਜਾਣਕਾਰੀਆਂ ਵੀ ਦੇਵਾਂਗੇ, ਰੂਟ ਵੀ ਸਮਝਾਵਾਂਗੇ, ਰਸਤਿਆਂ ਬਾਰੇ ਵੀ ਦੱਸਾਂਗੇ, ਇੱਕ ਵਧੀਆ ਵਧੀਆ ਲੋਕੇਸ਼ਨਸ ਵੀ ਦਿਖਾਵਾਂਗੇ ਤੁਹਾਨੂੰ ਹੈ ਨਾ। ਅਸੀਂ ਵੀ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਅਤੇ ਫਸਟ ਟ੍ਰਿਪ ਹੈ, ਬਹੁਤ ਜ਼ਿਆਦਾ ਲੌਂਗ ਨਹੀਂ ਕਰਾਂਗੇ, ਲੇਕਿਨ ਹੈਗੀ ਤਾਂ ਲੌਂਗ ਹੀ ਵੈਸੇ। ਛੋਟੀ ਟ੍ਰਿਪ ਇਹ ਸੋਚੀ ਸੀ ਕਿ ਆਪਣੇ ਪੰਜਾਬ ਟੂਰ ਹੀ ਕਰਾਂਗੇ, ਬਟ ਉਹ ਪੋਸੀਬਲ ਨਹੀਂ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ, ਤੇ ਜਿੱਧਰਲੀ ਸਾਈਡ ਆਪਾਂ ਜਾ ਰਹੇ ਹਾਂ ਉੱਧਰ ਵੀ ਹੈ ਤਾਂ ਗਰਮੀ, ਪਰ ਇੱਦਾਂ ਦੀ ਪੰਜਾਬ ਵਰਗੀ ਹਿਊਮਿਡਿਟੀ ਨਹੀਂ ਹੈਗੀ ਉੱਥੇ, ਬਾਰਿਸ਼ਾਂ ਨਹੀਂ ਉੱਧਰਲੀ ਸਾਈਡ ਨਾ। ਮਤਲਬ ਇਹ 5,000 ਕਿਲੋਮੀਟਰ ਦੀ ਸਾਡੀ ਟ੍ਰਿਪ ਰਹੇਗੀ, ਇਹ ਟੋਟਲ ਆਉਣ ਜਾਣ ਸਾਰਾ ਮਿਲਾ ਕੇ 5,000 ਪਲੱਸ ਹੋ ਸਕਦਾ, ਪਰ ਮਿਨੀਮਮ 5,000 ਤਾਂ ਰਹਿਣੀ ਹੈ ਜੋ ਅਸੀਂ ਸਾਰਾ ਹਿਸਾਬ ਲਾਇਆ, ਅਤੇ ਉਸ ਹਿਸਾਬ ਨਾਲ ਆਪਾਂ ਸਾਰੀ ਆਪਣੀ ਪਲੈਨਿੰਗ ਕੀਤੀ ਹੋਈ ਆ ਗੱਡੀ ਦੀ, 5,000 ਆਪਣੀ ਚੱਲਣੀ ਹੈ ਵੀ ਕਿਵੇਂ ਕਿਵੇਂ ਚਲਾਉਣੀ ਹੈ, ਕਿੱਥੇ ਕਿੱਥੇ ਸਟੇਅ ਕਰਨੀ, ਉਹ ਰੂਟ ਬਣ ਚੁੱਕੇ ਨੇ। ਸਿਮਰਤ ਨੂੰ ਵੀ ਆਪਣਾ ਟਾਸਕ ਦਿੱਤਾ, ਸਿਮਰਤ ਆਪਣਾ ਟਾਸਕ ਕਰ ਰਿਹਾ ਵੀ ਮੈਂ ਕੀ ਕਰਨਾ, ਉਹਨੇ ਰੂਟ ਦੇਖਣਾ ਰਸਤੇ ਹੈ ਨਾ। ਕਿਰਨ ਨੂੰ ਆਪਣਾ ਟਾਸਕ ਦਿੱਤਾ, ਕਿਰਨ ਦਾ ਟਾਸਕ ਸਿਰਫ ਇਹੀ ਹੈ ਕਿ ਜੋ ਸਾਡਾ ਖਾਣ ਪੀਣ ਦਾ, ਫੂਡ ਦਾ, ਇਬਾਦਤ ਦਾ ਫੂਡ, ਆਪਣਾ ਫੂਡ, ਸਾਡੇ ਕੱਪੜੇ ਲੀੜੇ, ਬਸ ਇਹ ਕਿਰਨ ਦਾ ਕੰਮ ਹੋਏਗਾ। ਕਿਰਨ ਨੂੰ ਬਾਹਲੀ ਆਪਾਂ ਸਟ੍ਰੈਸ ਨਹੀਂ ਦੇਣਾ ਵੀ ਕਿੱਥੇ ਰੁਕਣਾ, ਕਿਵੇਂ ਰੁਕਣਾ, ਇਹ ਨਹੀਂ, ਕਿਰਨ ਨੂੰ ਬਸ ਇੰਜੋਏ ਕਰਾਉਣਾ। ਡਰਾਈਵ ਜੇ ਅਸੀਂ ਮੈਂ ਅਤੇ ਸਿਮਰਤੀ ਕਰਾਂਗੇ, ਜੇ ਅਸੀਂ ਥੱਕ ਗਿਆ ਅਸੀਂ ਦੋਨਾਂ 'ਚੋਂ, ਫਿਰ ਕਿਤੇ ਕਿਰਨ ਨੂੰ ਅਸੀਂ ਕਰਾਉਣ ਨੂੰ ਬਸ ਦੇਵਾਂਗੇ ਕਿ ਨਹੀਂ ਕਿਰਨ। ਜੇ ਬਾਕੀ ਇੰਜੋਏ ਲਈ ਕਿਰਨ ਕਰਨਾ ਚਾਹਣਗੇ ਡਰਾਈਵ, ਦੈਨ ਸ਼ੀ ਕੈਨ ਡਰਾਈਵ, ਅਦਰਵਾਈਜ਼ ਕੋਈ ਚੱਕਰ ਵਾਲੀ ਗੱਲ ਹੀ ਨਹੀਂ।
ਹਾਂ ਇਬਾਦਤ ਵੀ ਚਲਾਏਗੀ ਕਦੀ ਇਬਾਦਤ ਕਿ ਮੈਨੂੰ ਰੋਟੀ ਖਵਾਓ ਪਹਿਲਾਂ ਹਾਂਜੀ ਤੇ ਇਬਾਦਤ ਦਾ ਹੁਣ ਮੈਂ ਉਹ ਬੈੱਡ ਦੇਖਦੇ ਕਿ ਸਵੇਰੇ ਸੈੱਟ ਕਰਾਂਗਾ ਫਿਟਿੰਗ ਫੁਟਿੰਗ ਕਰਕੇ ਅਤੇ ਕਿਉਂਕਿ ਜਦੋਂ ਸਿਮਰਤ ਨੇ ਆ ਜਾਣਾ ਉਸ ਟਾਈਮ ਵੀ ਅਸੀਂ ਚੈਕਿੰਗ ਚੁੱਕੀ ਕਰਨੀ ਆ ਹਵਾ ਦਾ ਪੰਪ ਗੱਡੀ 'ਚ ਹੈਗਾ ਮੈਡੀਸਨਸ ਵੀ ਕਿੱਟ ਵੀ ਹੈਗੀ ਮਤਲਬ ਖਾਫ ਸਮਾਨ ਦੀ ਕੋਈ ਟੈਨਸ਼ਨ ਨਹੀਂ ਕਿ ਸਭ ਤੋਂ ਵੱਡੀ ਗੱਲ ਇੰਡੀਅਨ ਟ੍ਰਿਪ ਦੇ ਵਿੱਚ ਇਹ ਫਾਇਦਾ ਹੋ ਜਾਂਦਾ ਕਿ ਜਿਹੜੀ ਮੇਨ ਚੀਜ਼ਾਂ ਨੇ ਦਵਾਈਆਂ ਅਤੇ ਕੱਪੜੇ ਘਰੋਂ ਲੈ ਕੇ ਚੱਲੋ ਬਾਕੀ ਛੋਟਾ ਮੋਟਾ ਸਭ ਸਮਾਨ ਬਾਹਰੋਂ ਮਿਲ ਹੀ ਜਾਂਦਾ ਕਿਉਂ ਇੰਡੀਆ ਦੀ ਟ੍ਰਿਪ ਹੈ ਹੈ ਨਾ ਕਿਉਂਕਿ ਹੁਣ ਅਸੀਂ ਜਦੋਂ ਤੱਕ ਇਬਾਦਤ ਤੁਰਨ ਨਹੀਂ ਲੱਗ ਜਾਂਦੀ ਨਾ ਅਸੀਂ ਬਾਹਰ ਨਹੀਂ ਜਾਂਦੇ ਨਹੀਂ ਸਟੇਟਮੈਂਟ ਗਲਤ ਹੋ ਜਾਣੀ ਹੈ ਕੋਈ ਪਤਾ ਨਹੀਂ ਅਸੀਂ ਆਪਣੀ ਸਟੇਟਮੈਂਟ ਬਦਲ ਲਈਏ ਅਤੇ ਬਾਦਾਂ ਅਤੇ ਇਬਾਦਤ ਤਾਂ ਕੀ ਪਤਾ ਤੁਰਨ ਤੋਂ ਪਹਿਲਾਂ ਜਾ ਵੜੀਏ ਵੈਸੇ ਹਾਲੇ ਤੱਕ ਤਾਂ ਨਹੀਂ ਹੈਗਾ ਨਹੀਂ ਜਾਣਾ ਇੰਡੀਅਨ ਟ੍ਰਿਪਸ ਹੀ ਮਾਰਾਂਗੇ ਅਤੇ ਇਹ ਬਾਕੀ ਹੁਣ ਤੁਸੀਂ ਜ਼ਰੂਰ ਸਾਥ ਦਿਓ ਦੇਖਿਓ ਵੀਡੀਓਜ਼ ਇੰਜੋਏ ਆਪਾਂ ਪੂਰਾ ਕਰਾਂਗੇ ਕਿਰਨ ਦੇ ਵੀ ਉਹ ਜਿਹੜੇ ਇਬਾਦਤ ਵਾਸਤੇ ਬਣਾਏ ਸੀ ਬੜਾ ਮੈਂ ਦੇਖਿਆ ਸਵੇਰੇ ਇੱਥੇ ਆ ਡਾਇਨਿੰਗ ਟੇਬਲ ਦੇ ਉੱਪਰ ਤਹਿ ਲਾ ਕੇ ਇੱਥੇ ਖਲਾਰਾ ਪਾਇਆ ਸੁੱਕਣੇ ਪਾਏ ਹੋਏ ਸੀ ਚੌਲ ਦਾਲਾਂ ਦੂਲਾਂ ਵਧੀਆ ਉਹ ਅਲੱਗ ਅਲੱਗ ਡੱਬੀਆਂ 'ਚ ਪਾਈਆਂ ਜਾਣਗੀਆਂ ਤਾਂ ਕਿ ਪਾਊਡਰ ਬਣ ਜਾਵੇ ਉਹਦਾ ਈਜ਼ੀ ਫਿਰ ਬਸ ਆਪਾਂ ਜਿਹੜਾ ਗੈਸ ਜਿਹਾ ਲਿਆ ਰਹੇ ਹਾਂ ਉਸ 'ਤੇ ਬਸ ਇਹਦਾ ਇਬਾਦਤ ਦਾ ਪੈਨ ਰੱਖਿਆ ਉਹ ਚਮਚ ਪਾਏ ਅਤੇ ਪਾਣੀ ਪਾਇਆ ਅਤੇ ਉਹ ਸਟੀਰ ਕੀਤਾ ਮਤਲਬ ਗਰਮ ਉਬਾਲ ਲਿਆ ਅਤੇ ਜੇ ਉਹਦੇ ਵਿੱਚ ਕੋਈ ਫਰੂਟ ਐਡ ਔਨ ਕਰਨਾ ਤਾਂ ਇੱਕ ਮਿਕਸ ਵੀ ਆਪਾਂ ਲੈ ਕੇ ਜਾ ਰਹੇ ਹਾਂ ਅਤੇ ਮਿਕਸੀ ਦਾ ਕਿਤੇ ਵੀ ਸਵਿੱਚ ਵਗੈਰਾ ਹੁੰਦੇ ਨੇ ਉਹ ਲਗਾ ਕੇ ਗ੍ਰਾਇੰਡ ਕਰ ਲਿਆ ਵਿੱਚ ਕੇਲਾ ਕੂਲਾ ਇਹਦਾ ਹੈ ਨਾ ਜਾਂ ਕੋਈ ਫਰੂਟ ਹੈਗਾ ਬੀਟ ਰੂਟ ਹੈਗੀਆਂ ਉਹ ਆਰਾਮ ਨਾਲ ਹੋ ਜਾਇਆ ਕਰੇਗਾ ਕਿ ਨਹੀਂ ਕਿਰਨ ਇਹਦੀ ਮਿਕਸੀ ਉਹ ਲੈ ਕੇ ਜਾਣੀ ਨਾ ਵੰਡਰ ਸ਼ੈਫ ਵਾਲੀ ਉਹ ਜ਼ਰੂਰੀ ਹੈ ਮੈਂ ਤਾਂ ਭੁੱਲ ਜਾਓ ਤੁਸੀਂ ਸ਼ੋਰਟਸ ਸ਼ੂਟਸ ਅਸੀਂ ਉਦੋਂ ਤੱਕ ਨਹੀਂ ਪਾ ਰਹੇ ਜਦੋਂ ਤੱਕ ਅਸੀਂ ਨਿਕਲਦੇ ਨਹੀਂ ਉਦੋਂ ਹੀ ਸ਼ੋਰਟਸ ਪਾਉਣੀਆਂ ਸ਼ੁਰੂ ਕਰਾਂਗੇ ਨਵੇਂ ਮਹੀਨੇ ਤੋਂ ਨਵੀਆਂ ਸ਼ੋਟਾਂ ਚਲੋ ਜੀ ਹੁਣ ਆਪੇ ਮੈਂ ਥੋੜ੍ਹਾ ਫਿਲਮ ਦੇਖ ਲਾ ਹਾਂਜੀ ਆ ਗਈ ਤੇਰੀ ਤਾਈ ਤੈਨੂੰ ਲੈਣ ਵਾਸਤੇ ਛੁੱਟੀਆਂ ਕੱਟਣ ਜਾਣਾ ਤਾਈ ਕੋਲ ਲਓ ਜੀ ਤਾਇਆ ਤਾਈ ਜੀ ਆ ਗਏ ਗਏ ਸੀ ਅੰਮ੍ਰਿਤਸਰ ਦੇਖੀ ਗਿਰਨਾ ਜੀ ਹਾਏ ਪਰਮ ਆਫਟਰ ਸੋ ਲੌਂਗ ਇਬਾਦਤ ਤਿਆਰੀਆਂ ਕਰ ਰੱਖੀਆਂ ਨੇ ਇਬਾਦਤ ਨੇ ਵੀ ਆਪਣੇ ਇਹਦੇ ਕੱਪੜੇ ਲੈਣ ਵਾਲੇ ਪਏ ਨੇ ਬਸ ਲੈ ਜਾਵਾਂਗੇ ਫਿਰ ਵੀ ਆਪਣੇ ਵੱਲੋਂ ਨਾ ਅਸੀਂ ਆਪਣੀ ਬੈਡਸ਼ੀਟਸ ਆਪਣਾ ਕੰਬਲ ਆਪਣਾ ਲੈ ਕੇ ਜਾ ਰਹੇ ਹਾਂ ਕਿਤੇ ਹੋਟਲ ਵਿੱਚ ਵੀ ਰੁਕਣਾ ਨਾ ਕਿਤੇ ਅਸੀਂ ਆਪਣੀ ਬੈਡਸ਼ੀਟ ਅਤੇ ਆਪਣਾ ਹੀ ਕੰਬਲ ਯੂਜ਼ ਕਰਨਾ ਕਿਉਂਕਿ ਪਤਾ ਨਹੀਂ ਹੁੰਦਾ ਨਾ ਵੀ ਭਾਵੇਂ ਧੋਏ ਹੁੰਦੇ ਨੇ ਡਰਾਈ ਕਲੀਨ ਪਰ ਫਿਰ ਵੀ ਬੱਚੇ ਨਾਲ ਇਨਫੈਕਸ਼ਨ ਦਾ ਨਹੀਂ ਇਹਦੇ ਕਰਕੇ ਅਸੀਂ ਅਲੱਗ ਹੀ ਲੈ ਕੇ ਜਾਣਾ ਹਾਂਜੀ ਕਿਤੇ ਆ ਕਾਕੇ ਆ ਜਾ ਅੱਪੀ ਆ ਜਾ ਆ ਜਾ ਅੱਪੀ ਆ ਜਾ ਆਨੇ ਲੈ ਫੜਾ ਇਹਨੂੰ